1988 ਦੇ ਰੋਡ ਰੇਜ ਮਾਮਲੇ 'ਚ 19 ਮਈ 2022 ਤੋਂ ਪਟਿਆਲਾ ਜੇਲ੍ਹ 'ਚ 1 ਸਾਲ ਦੀ ਸਜ਼ਾ ਪੂਤ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਤੋਂ ਅੱਜ 1 April ਨੂੰ ਰਿਹਾਅ ਹੋਣ ਜਾ ਰਹੇ ਨੇ। ਉਹਨਾਂ ਨੇ ਟਵਿੱਟਰ ਅਕਾਊਂਟ ਉੱਤੇ ਪਾਏ ਸੰਦੇਸ਼ ਵਿੱਚ ਨਵਜੋਤ ਸਿੰਘ ਸਿੱਧੂ ਦੇ ਰਿਹਾਅ ਹੋਣ ਬਾਰੇ ਦੱਸਿਆ ਗਿਆ ਹੈ। ਦੂਜੇ ਪਾਸੇ ਜੇਲ੍ਹ ਦੇ ਬਾਹਰੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ। ਜਿੱਥੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਇਕੱਠੇ ਹੋਏ ਉਹਨਾਂ ਦੇ ਸਮਰਥਕਾਂ ਵੱਲੋਂ ਲੱਡੂ ਅਤੇ ਸਮੋਸਿਆਂ ਦੀ ਭਰੀ ਗੱਡੀ ਨੂੰ ਜੇਲ੍ਹ ਦੇ ਬਾਹਰ ਦੇਖਦਿਆਂ ਹੀ ਸਿੱਧੂ ਦੇ ਸਮਰਥਕਾਂ ਦੇ ਜ਼ਬਰ ਦਾ ਬੰਨ ਟੁੱਟ ਗਿਆ ਅਤੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸਿੱਧੂ ਦੀ ਰਿਹਾਈ ਨੂੰ ਛੱਡ ਕੇ ਸਮੋਸਿਆਂ ਦੀ ਗੱਡੀ ਵੱਲ ਨੂੰ ਟੁੱਟ ਕੇ ਪੈ ਗਏ ਪਟਿਆਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ ਅਜੀਤ ਵੈਬ ਟੀਵੀ